ਜਲੰਧਰ ਦੇ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਦਰਅਸਲ ਹੁਣ ਤਾਜ਼ੀ ਘਟਨਾ ਜਲੰਧਰ ਦੇ ਮਦਨ ਫਲੋਰ ਚੌਂਕ ਰੇਲਵੇ ਸਟੇਸ਼ਨ ਰੋਡ ਦੇ ਉੱਤੇ ਪ੍ਰਾਸ਼ਰਟੀ ਸਟਾਲ ਦੇ ਉੱਤੇ ਵਾਪਰੀ ਹੈ। ਦਰਅਸਲ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪ੍ਰਾਸ਼ਰਟੀ ਸਟਾਲ ਦੇ ਉੱਤੇ ਚੋਰੀ ਹੋਈ ਹੈ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਖਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਹ ਬੇਖੌਫ ਹੋ ਕੇ ਇਸ ਘਟਨਾ ਨੂੰ ਅੰਜਾਮ ਦੇ ਰਿਹਾ ਹੈ, ਹਾਲਾਂਕਿ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕਾ ਹੈ। ਦੂਜੇ ਪਾਸੇ ਦੁਕਾਨ ਮਾਲਕ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਿਹਾ ਹੈ ਕਿ ਅਜਿਹੇ ਚੋਰਾਂ ਅਤੇ ਲੁਟੇਰਿਆਂ ਦੇ ਉੱਤੇ ਨਕੇਲ ਕੱਸੀ ਜਾਵੇ। ਜਲੰਧਰ ਤੋਂ ਅੱਜ ਦੀ ਆਵਾਜ਼ ਦੇ ਲਈ ਦਲਵੀਰ ਸਿੰਘ ਕਲੋਈਆ ਦੀ ਰਿਪੋਰਟ। ਭਾਈ ਕੀ ਨਾਂ ਆਪਣਾ? ਮੇਰਾ ਨਾਮ ਭਾਜੀ ਹੈਗਾ ਰਜੀਵ ਪ੍ਰਾਸ਼ਰ। ਅਤੇ ਕੀ ਮਸਲਾ ਕੀ ਆਪਣਾ? ਮਸਲਾ ਭਾਜੀ ਇਹ ਆਪਣੀ ਦੁਕਾਨ ਹੈਗੀ ਮਦਰ ਫਰੋਂਟ ਦੇ ਚੌਂਕ 'ਚ ਪ੍ਰਾਸ਼ਰ ਟੀ ਸਟੋਲ। ਰਾਤੀ ਆਪਾਂ 12:30 ਵਜੇ ਘਰ ਗਏ ਹਾਂ ਅਤੇ ਸਾਨੂੰ ਸਵੇਰੇ ਫੋਨ ਆਇਆ ਵਾ ਕਿਸੇ ਦਾ ਯਾਰ ਮਿੱਤਰ ਦਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ। ਅਸੀਂ ਦੁਕਾਨ 'ਤੇ ਆ ਕੇ ਦੇਖਿਆ ਸ਼ਟਰ ਖੁੱਲ੍ਹਿਆ ਪਿਆ ਸੀ। ਉਸ ਦੀ ਮੌਜੂਦਗੀ 'ਚ ਆਪਾਂ ਸ਼ਟਰ ਖੋਲ੍ਹਿਆ ਭਾਜੀ, ਪੁਲਿਸ ਵਾਲੇ ਮੇਰੇ ਤੋਂ ਪਹਿਲਾਂ ਆ ਗਏ ਹੋਏ ਸੀਗੇ। 12:30 ਥਾਣੇ ਐਸ ਤੋਂ ਸਾਹਿਬ ਨਾਲ ਮੇਰੀ ਸਵੇਰੇ ਗੱਲ ਹੋਈ ਆ। ਉਹਨਾਂ ਨੂੰ ਅਸੀਂ ਟਾਈਮ ਬੰਦਾ ਭੇਜ ਦਿੱਤਾ ਜੀ ਦੁਕਾਨ 'ਤੇ ਮੇਰੀ। ਉਹ ਆਏ ਆ ਮੇਰੀ ਦੁਕਾਨ 'ਤੇ, ਸ਼ਟਰ ਖੋਲ੍ਹਿਆ ਜੀ, ਅੰਦਰੋਂ ਦੇਖਿਆ ਕੈਮਰਿਆਂ ਦੇ ਵਿੱਚ ਰਾਤੀ 3:15 ਵਜੇ ਮੁੰਡਾ ਇਕੱਲਾ ਹੀ ਅੰਦਰ ਵੜਿਆ ਵਾ। ਉਹਨੇ ਚੋਰੀ ਕੀਤੀ ਹੈ ਜੀ, ਪੈਸੇ ਲੈ ਗਿਆ ਵਾ, ਸਮਾਨ ਲੈ ਗਿਆ ਕਾਫੀ ਮੇਰੀ ਦੁਕਾਨ ਤੋਂ, ਸਿਮਟਾਂ ਲੈ ਗਿਆ ਚੱਕ ਕੇ, ਹੋਰ ਸਮਾਨ ਲੈ ਗਿਆ ਜੀ। ਬਸ 5 ਤੋਂ 10 ਮਿੰਟ ਦੇ ਵਿੱਚ ਚੋਰੀ ਕੀਤੀ ਜੀ ਬੰਦੇ ਨੇ। ਸਰ ਮੇਨ ਚੌਂਕ ਹੈ ਜੀ ਮਦਨ ਫਰੋਂਟ ਦੇ ਚੌਂਕ, ਮੇਨ ਚੌਂਕ ਜਲੰਧਰ ਦਾ ਕਿਹਾ ਜਾਂਦਾ, ਲਾਗੇ ਸਟੇਸ਼ਨ ਹੈ ਜੀ। ਸਾਰੀ ਰਾਤ ਪੁਲਿਸ ਵਾਲੇ ਵੀ ਘੁੰਮਦੇ ਰਹਿੰਦੇ ਆ ਜੀ ਇੱਥੇ। ਅਤੇ ਚੋਰਾਂ ਨੂੰ ਇਹ ਹਾਲਾਤ ਹੋ ਗਏ ਜੀ, ਚੋਰਾਂ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਜੀ। ਬੇਖੌਫ ਹੋ ਗਏ ਚੋਰ ਘੁੰਮ ਰਹੇ ਸ਼ਹਿਰ ਦੇ ਵਿੱਚ, ਸ਼ਰੇ ਆ ਕਿਤੇ ਚੈਨੀ ਖੋ ਹੋ ਰਹੀ ਹੈ, ਕਿਤੇ ਮੋਬਾਈਲ ਖੋ ਹੋ ਰਿਹਾ, ਰੇਲਵੇ ਸਟੇਸ਼ਨ ਦੇ ਬਾਹਰ ਕੋਈ ਨਾ ਕੋਈ ਰੋਜ਼ ਚੋਰੀ ਹੁੰਦੀ ਹੁੰਦੀ ਭਾਅ ਜੀ। ਅਤੇ ਕਿੰਨਾ ਕੁ ਨੁਕਸਾਨ ਹੋਇਆ ਵੀਰੇ? ਨੁਕਸਾਨ ਭਾਅ ਜੀ 30-40 ਹਜ਼ਾਰ ਰੁਪਏ ਦਾ ਹੋ ਗਿਆ ਭਾਅ ਜੀ ਮੇਰਾ। ਹਾਂਜੀ 30-40 ਹਜ਼ਾਰ ਰੁਪਏ ਦਾ, 20-25 ਹਜ਼ਾਰ ਰੁਪਏ ਵਾਲਾ ਕੈਸ਼ ਲੈ ਗਏ ਆ, ਸਿਗਟਾਂ ਲੈ ਗਏ ਆ, ਬਾਕੀ ਹੋਰ ਖਾਣ ਪੀਣ ਨੂੰ ਸਮਾਨ ਲੈ ਗਏ, ਰੈੱਡ ਬੁੱਲਾਂ ਲੈ ਗਏ ਮੇਰੀਆਂ ਭਾਅ ਜੀ। ਜਿਹੜੀ ਤੁਸੀਂ ਵੀਡੀਓ ਦੇਖੀ ਉਹਦੇ 'ਚ ਕੋਈ ਪਹਿਚਾਣ ਆਇਆ ਬੰਦੇ ਦਾ? ਪਹਿਚਾਣ ਹਜੇ ਆ ਨਹੀਂ ਰਹੀ ਭਾਅ ਜੀ, ਕਲੀਅਰ ਨਹੀਂ ਆ ਰਹੀ ਵੀਡੀਓ, ਐਚ ਡੀ ਵੀਡੀਓ ਤਾਂ ਨਹੀਂ ਕਲੀਅਰ ਆ ਰਹੀ। ਉਹ ਚੋਰ ਆਪਣਾ ਕੈਮਰਾ ਜਿਹੜਾ ਮੋਬਾਈਲ ਦਾ ਲਾਈਟ ਔਨ ਕਰਕੇ ਆਪਣੇ ਮੂੰਹ 'ਤੇ ਮਾਰ ਰਿਹਾ, ਉਹਦੇ ਨਾਲ ਸਾਡੇ ਕੈਮਰੇ ਰੋਸ਼ਨੀ ਨਹੀਂ ਵੱਜਦੀ ਉਹਦੇ ਮੂੰਹ 'ਤੇ ਭਾਅ ਜੀ। ਠੀਕ, ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਭਾਅ ਜੀ, ਦੇਖਿਆ ਜਾਵੇ ਵੱਧ ਤੋਂ ਵੱਧ ਚੋਰ ਫੜੇ ਜਾਣ। ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ, ਇਹ ਨਹੀਂ ਕਹਿੰਦੇ ਆਪਾਂ ਨਹੀਂ ਕਰਦੀ, ਪੁਲਿਸ ਵੀ ਕੰਮ ਕਰ ਰਹੀ ਹੈ ਭਾਅ ਜੀ ਆਪਣਾ। ਪਰ ਕਿੰਨੀਆਂ ਕੁ ਚੋਰੀਆਂ ਫੜੀਆਂ ਜਾਣ ਭਾਅ ਜੀ, ਲੁੱਟਾਂ ਖੋਹਾਂ ਹੀ ਬਹੁਤ ਹੋ ਰਹੀਆਂ ਵਾ।